ਘੋਰ ਰਹੱਸਾਂ ਵਾਲਾ ਪਿੰਡ ਜਿੱਥੇ ਖੂਹ ਵਿੱਚ ਬਣਿਆ ਘਰ ਅਤੇ ਰਾਜੇ ਦੁਆਰਾ ਬਣਾਏ ਹਜ਼ਾਰਾਂ ਸਾਲ ਪੁਰਾਣੇ ਅਣਗਿਣਤ ਮੰਦਰ, ਖੂਹ, ਬੋਲੀਆਂ ਅਤੇ ਗੁਫਾਵਾਂ ਦੇਖ ਹੋ ਜਾਓਗੇ ਹੈਰਾਨ। ਖੂਹ ਦੇ ਅੰਦਰ ਜਾਣ ਵਾਲੀ ਐਂਟਰੀ ਕਿੰਨੇ ਕਮਰੇ ਆ ਇਹਦੇ ਅੰਦਰ? 6-7। ਅੱਜ ਕੱਲ੍ਹ ਇੱਦਾਂ ਦਾ ਪਿੰਡ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਰਾਜੇ ਨਾਲ ਜੁੜਿਆ ਆ, ਰਾਜੇ ਦਾ ਬਣਾਇਆ ਆ, ਰਾਜਵੰਸ਼ੀ ਹੈ, ਰਾਜਵੰਸ਼ੀ ਹੈ ਨਾ ਜੀ। 300-350 ਦੇ ਕਰੀਬ ਤੋਂ ਪ੍ਰਾਚੀਨ ਮੰਦਿਰ ਹੀ ਹੈ। 400 ਦੇ ਕਰੀਬ? ਹਾਂ, 400 ਦੇ ਕਰੀਬ। ਔਰ ਇਤਨੀ ਬਾਵੜੀਆਂ ਹੈ, ਇਤਨੇ ਕੂਏ ਹੈ ਬੀਚ ਮੇਂ, ਜਿਵੇਂ ਧੀਵੇ ਧੀਵੀ ਵਗਦੀ ਬੰਡੇ ਰਹਾਣਾ ਨੇ ਕੰਢੇ ਉੱਤੇ ਬਸਦਾ ਬੰਡੇ ਰਹਾਣਾ। ਕੀ ਬਾਤ ਹੈ! ਰਾਜੇ ਦੁਆਰਾ ਬਣਾਏ ਕਮਰੇ ਆ ਪਿੰਡ ਵਿੱਚ, ਇਸ ਤਰ੍ਹਾਂ ਤੁਹਾਨੂੰ ਜਗ੍ਹਾ ਜਗ੍ਹਾ ਤੇ ਮਿਲਣਗੇ। ਹੁਣ ਅਸੀਂ ਕਿਲੇ ਦੇ ਉੱਪਰ ਚੜ੍ਹਨ ਲੱਗੇ ਹਾਂ। ਉੱਪਰ ਚੜ੍ਹ ਕੇ ਸਾਡੀ ਕੋਸ਼ਿਸ਼ ਆ ਕਿ ਸਾਰਾ ਤੁਹਾਨੂੰ ਕਿਲਾ ਆਲੇ ਦੁਆਲੇ ਦਿਖਾਈਏ। ਕਿਲੇ ਤੱਕ ਪਹੁੰਚ ਗਏ ਹਾਂ। ਆਹ ਸਾਹਮਣੇ ਦਰਵਾਜ਼ਾ ਆ ਕਿਲੇ ਦਾ, ਇੱਕ ਤਰ੍ਹਾਂ ਜਿਹੜਾ ਐਂਟਰੀ ਦਰਬਾਰ ਆ। ਅਸੀਂ ਪਿੰਡ ਦੀ ਸਭ ਤੋਂ ਉੱਚੀ ਪਹਾੜੀ 'ਤੇ ਪਹੁੰਚੇ ਹਾਂ ਜਿੱਥੇ ਸਦੀਆਂ ਪੁਰਾਣਾ ਘਰ ਆ। ਤੁਸੀਂ ਸਾਹਮਣੇ ਦੇਖ ਸਕਦੇ ਹਾਂ, ਸਾਹਮਣੇ ਤੁਸੀਂ ਦੇਖ ਲਓ ਇੱਕ ਗੇਟ ਦਿਖਾਈ ਦਿੱਤਾ, ਬਹੁਤ ਪੁਰਾਣਾ ਲੱਗਦਾ ਪਿਆ ਆ। ਅਤੇ ਆਹ ਗੇਟ ਕਾਹਦਾ ਜੀ? ਉਸ ਟਾਈਮ ਦਾ ਪੁਰਾਣਾ ਆ ਕਾਫੀ। PB7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਰਾਮ ਰਾਮ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ, ਤੁਹਾਡੇ ਆਪਣੇ ਚੈਨਲ 'ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ 80 ਕਿਲੋਮੀਟਰ ਦੂਰ ਹਿਮਾਚਲ ਦੇ ਅਜਿਹੇ ਸਦੀਆਂ ਪੁਰਾਣੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਘੋਰ ਰਸਾਂ ਨਾਲ ਭਰਿਆ ਪਿਆ ਆ। ਇਹ ਰਾਜੇ ਦਾ ਪਿੰਡ ਆ। ਇਸ ਪਿੰਡ ਵਿੱਚ ਅੱਜ ਵੀ ਹਜ਼ਾਰਾਂ ਸਾਲ ਪੁਰਾਣੇ ਅਣਗਿਣਤ ਮੰਦਿਰ ਦੇਖਣ ਨੂੰ ਮਿਲਦੇ ਆ। ਇੱਥੋਂ ਤੱਕ ਖੂਹ ਵਿੱਚ ਬਣਿਆ ਘਰ ਵੀ ਇੱਥੇ ਮੌਜੂਦ ਆ। ਦੋ ਰਾਜੇ ਦੇ ਮਹਿਲ ਆ, ਰਾਣੀ ਦਾ ਤਲਾਬ ਆ। ਚੱਲਦੇ ਹਾਂ ਇਸ ਪਿੰਡ ਵਿੱਚ, ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ, ਇਸ ਪਿੰਡ ਦਾ ਪੂਰਾ ਇਤਿਹਾਸ ਜਾਣਾਂਗੇ। ਅਸੀਂ ਅੱਜ ਤੋਂ ਹਿਮਾਚਲ ਦੀ ਕਾਂਗੜਾ ਸੀਰੀਜ਼ ਸਟਾਰਟ ਕੀਤੀ ਆ। ਦੇਖਦੇ ਹਾਂ ਸਾਡਾ ਇਹ ਕਿੰਨੇ ਦਿਨਾਂ ਦਾ ਟੂਰ ਆ ਅਤੇ ਤੁਹਾਨੂੰ ਇੱਥੇ ਦੀਆਂ ਜਿਹੜੀਆਂ ਲੁਕੀਆਂ ਹੋਈਆਂ ਜਗ੍ਹਾ ਆ, ਪਿੰਡ ਆ ਪੁਰਾਣੇ ਪੁਰਾਣੇ, ਉਹਨਾਂ ਦਾ ਕਲਚਰ, ਰਹਿਣਾ ਸਹਿਣਾ ਸਭ ਦਿਖਾਵਾਂਗੇ। ਤੁਸੀਂ ਸਾਡੇ ਇਸ ਟੂਰ ਦੇ ਨਾਲ ਜੁੜੇ ਰਹੋ। ਚਲੋ ਹੁਣ ਚੱਲਦੇ ਹਾਂ, ਰਸਤੇ ਦੇ ਸੋਹਣੇ ਸੋਹਣੇ ਤੁਹਾਨੂੰ ਦ੍ਰਿਸ਼ ਦਿਖਾਉਂਦੇ ਜਾਣਾ ਆ। ਹੁਣ ਅਸੀਂ ਪਿੰਡ ਵੱਲ ਨੂੰ ਰਵਾਨਾ ਹੋ ਗਏ ਹਾਂ। ਰਸਤੇ ਦਾ ਕੁਦਰਤੀ ਨਜ਼ਾਰਾ ਦੇਖ ਹਰ ਕਿਸੇ ਨੂੰ ਵਧੀਆ ਲੱਗੇਗਾ। ਪਹਿਲਾਂ ਅਸੀਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦੇ ਹਾਂ। ਤੁਸੀਂ ਜਦੋਂ ਪੰਜਾਬ ਦੇ ਹੁਸ਼ਿਆਰਪੁਰ ਤੋਂ ਜਵਾਲਾ ਜੀ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਦੇਰਾ ਆਉਂਦਾ ਆ। ਦੇਰੇ ਤੋਂ ਤੁਸੀਂ ਖੱਬੇ ਹੱਥ ਹੋ ਜਾਣਾ ਆ। 15 ਕਿਲੋਮੀਟਰ ਦੂਰ ਇਹ ਪਿੰਡ ਆ ਹਰੀਪੁਰ, ਇੱਕ ਇਤਿਹਾਸਿਕ ਰਾਜੇ ਦਾ ਪਿੰਡ ਆ। ਤੁਸੀਂ ਕਿਸੇ ਨੂੰ ਵੀ ਪੁੱਛੋਗੇ ਇਸ ਪਿੰਡ ਬਾਰੇ ਤਾਂ ਇੱਥੇ ਆਸਾਨੀ ਨਾਲ ਪਹੁੰਚ ਜਾਓਗੇ। ਤੁਸੀਂ ਇੱਥੇ ਪਹੁੰਚਣ ਵਾਸਤੇ ਗੂਗਲ ਮੈਪ ਦੇ ਵਿੱਚ ਪਿੰਡ ਦਾ ਨਾਮ ਪਾਓਗੇ ਤਾਂ ਤੁਸੀਂ ਆਸਾਨੀ ਨਾਲ ਇੱਥੇ ਪਹੁੰਚ ਸਕਦੇ ਹਾਂ। ਅਸੀਂ ਵੀਡੀਓ ਦੇ ਉੱਪਰ ਪਿੰਡ ਦਾ ਨਾਮ ਵੀ ਮੈਂਸ਼ਨ ਕਰੀਦਾ ਆ ਤਾਂ ਕਿ ਤੁਸੀਂ ਆਸਾਨੀ ਨਾਲ ਉਸ ਜਗ੍ਹਾ 'ਤੇ ਪਹੁੰਚ ਸਕੋ। ਅਸੀਂ ਪਿੰਡ ਦੇ ਵਿੱਚ ਪਹੁੰਚ ਗਏ ਹਾਂ ਅਤੇ ਬਾਈਕ ਅਸੀਂ ਆਪਣੀ ਖੜੀ ਕਰਤੀ ਆ। ਹੁਣ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਰਾਜੇ ਦਾ ਬਣਿਆ ਖੂਹ ਦਿਖਾਲਣਾ ਆ ਜਿਹਦੇ ਵਿੱਚ ਕਾਫੀ ਕਮਰੇ ਆ, ਜੋ ਸਾਨੂੰ ਸੁਣਨ ਨੂੰ ਮਿਲਿਆ ਸੀਗਾ। ਅਤੇ ਸਾਡੇ ਵੱਲ ਦੇਖ ਕੇ ਪਿੰਡ ਦੇ ਬੱਚੇ ਵੀ ਆ ਗਏ ਆ ਅਤੇ ਇਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ, ਇਹਨਾਂ ਤੋਂ ਵੀ ਪੁੱਛਦੇ ਹਾਂ ਖੂਹ ਬਾਰੇ ਅਤੇ ਪਿੰਡ ਬਾਰੇ। ਹੋਰ ਕਿੱਦਾਂ ਸਭ? ਵਧੀਆ ਅਤੇ ਇਸੇ ਪਿੰਡ ਦੇ? ਅਤੇ ਸਾਨੂੰ ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਰਾਜੇ ਦਾ ਖੂਹ ਆ ਅਤੇ ਉਹ ਦਿਖਾਓ ਮਾੜਾ ਜਿਹਾ ਕਿੱਥੇ ਦਾ, ਅਤੇ ਨਾਲੇ ਉਹਦੇ ਬਾਰੇ ਦੱਸਿਓ ਸਾਨੂੰ ਫਿਰ। ਹੁਣ ਬੱਚਿਆਂ ਦੇ ਨਾਲ ਚੱਲਦੇ ਹਾਂ ਖੂਹ ਤੱਕ। ਤੁਸੀਂ ਦੇਖ ਸਕਦੇ ਹਾਂ ਸਾਹਮਣੇ ਖੂਹ ਦੇ ਅੰਦਰ ਜਾਣ ਵਾਲੀ ਐਂਟਰੀ, ਜਿਸ ਤਰ੍ਹਾਂ ਦੀ ਇਹ ਡਿਜ਼ਾਇਨਿੰਗ ਆ
ਇਹਨੂੰ ਦੇਖ ਕੇ ਪਤਾ ਚੱਲਦਾ ਕਿ ਇਹ ਹਜ਼ਾਰਾਂ ਸਾਲ ਪੁਰਾਣਾ ਰਾਜੇ ਦਾ ਬਣਾਇਆ ਹੋਏਗਾ। ਸਾਨੂੰ ਬਾਕੀ ਦੱਸਿਓ ਕਿ ਆਪਣੇ ਇਹ ਜਿੱਦਾਂ ਪਤਾ ਲੱਗਿਆ ਕਿ ਰਾਜੇ ਨੇ ਬਣਾਇਆ ਸੀਗਾ, ਇਹ ਰਾਜੇ ਨੇ ਬਣਾਇਆ ਸੀਗਾ, ਕਿੰਨੇ ਕਮਰੇ ਆ ਇਹਦੇ ਅੰਦਰ? 6-7 ਕਮਰੇ ਆ। ਠੀਕ ਹੈ, ਅਤੇ ਇਹ ਫਿਰ ਹੁਣ ਪਾਣੀ ਦਾ ਭਰਿਆ ਆ ਇਸ ਵੇਲੇ? ਕਿੱਦਾਂ ਭਰਿਆ ਪਿਆ ਆ ਪਾਣੀ ਇਹਦਾ? ਸਾਰਾ ਬਾਹਰ ਆ ਗਿਆ, ਤੁਸੀਂ ਦੇਖ ਲਓ। ਹੁਣ ਅਸੀਂ ਜੂਮ ਕਰਕੇ ਤੁਹਾਨੂੰ ਖੂਹ ਦਾ ਅੰਦਰਲਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਦੇਖੋ ਜਿੱਥੇ ਬੋਤਲ ਪਈ ਹੋਈ ਆ, ਸੱਜੇ ਪਾਸੇ ਪਹਿਲਾ ਕਮਰਾ ਆ ਜਿਹਦੀ ਡਿਜ਼ਾਇਨਿੰਗ ਨਜ਼ਰ ਆ ਰਹੀ ਆ ਸਾਫ਼। ਇਸੇ ਤਰ੍ਹਾਂ ਇੱਕ ਅੱਗੇ ਬੋਤਲ ਪਈ ਹੋਈ ਆ, ਉਹ ਦੂਸਰਾ ਕਮਰਾ ਆ। ਇਸੇ ਤਰ੍ਹਾਂ ਤੀਸਰਾ ਕਮਰਾ ਆ, ਫਿਰ ਚੌਥਾ, ਪੰਜਵਾਂ, ਛੇਵਾਂ, ਸੱਤਵਾਂ। ਇਸੇ ਤਰ੍ਹਾਂ ਸੱਜੇ ਪਾਸੇ ਕਮਰੇ ਬਣੇ ਹੋਏ ਆ। ਜਦੋਂ ਪਾਣੀ ਖਾਲੀ ਹੁੰਦਾ ਆ, ਜਿੱਦਾਂ ਪਿੰਡ ਵਾਲੇ ਕਹਿੰਦੇ ਆ, ਬਹੁਤ ਸੋਹਣਾ ਦ੍ਰਿਸ਼ ਦਿਖਾਈ ਦਿੰਦਾ ਇਸ ਖੂਹ ਦਾ। ਸਾਨੂੰ ਵੀ ਕਾਫ਼ੀ ਨਿਰਾਸ਼ਾ ਆ ਕਿ ਅਸੀਂ ਤੁਹਾਨੂੰ ਖਾਲੀ ਖੂਹ ਨਹੀਂ ਦਿਖਾ ਸਕੇ। ਸ਼ਾਇਦ ਸਾਨੂੰ ਵੀ ਅਤੇ ਤੁਹਾਨੂੰ ਵੀ ਬਹੁਤ ਵਧੀਆ ਲੱਗਦਾ, ਪਰ ਇਸ ਪਿੰਡ ਦਾ ਇੰਨਾ ਅਨੋਖਾ ਹੈਰਾਨੀਜਨਕ ਇਤਿਹਾਸ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ ਦੁਨੀਆ ਵਿੱਚ ਕੋਈ ਅਜਿਹਾ ਪਿੰਡ ਹੋਊਗਾ ਜਿੱਥੇ ਖੂਹ ਵਿੱਚ ਘਰ ਬਣੇ ਹੋਣਗੇ। ਤੁਸੀਂ ਖੁਦ ਲਾ ਲਓ, ਪੂਰਾ ਇੱਕ ਘਰ ਬਣਿਆ ਹੋਇਆ ਆ 7 ਕਮਰਿਆਂ ਦਾ, ਜਿਹੜਾ ਰਾਜੇ ਨੇ ਬਣਾਇਆ ਸੀ। ਹੁਣ ਸਾਨੂੰ ਇਹ ਨਹੀਂ ਪਤਾ ਰਾਜੇ ਨੇ ਕਿਉਂ ਬਣਾਇਆ ਸੀ, ਇਹ ਕੀ ਸੀ ਉਹਦਾ ਮੇਨ ਬਣਾਉਣ ਦਾ। ਅਤੇ ਹੁਣ ਚੱਲਦੇ ਹਾਂ ਪਿੰਡ ਦੇ, ਤੁਹਾਨੂੰ ਮੰਦਰ ਦਿਖਾਲਦੇ ਹਾਂ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਆ, ਰਾਜੇ ਦੁਆਰਾ ਬਣਾਏ ਗਏ ਸੀਗੇ, ਜਿਹੜੇ ਅੱਜ ਵੀ ਬਿਨਾਂ ਕਿਸੇ ਰਿਪੇਅਰ ਤੋਂ ਖੜ੍ਹੇ ਆ। ਉਸ ਤੋਂ ਬਾਅਦ ਹੋਰ ਵੀ ਕਾਫ਼ੀ ਕੁਛ ਇੱਥੇ ਦੇਖਣ ਨੂੰ ਆ ਰਾਜੇ ਦੇ ਟਾਈਮ ਦਾ, ਜਿੱਦਾਂ ਮਹਿਲ ਆ ਰਾਜਾ ਰਾਣੀ ਦਾ, ਅਤੇ ਰਾਣੀ ਦਾ ਤਲਾਬ ਆ। ਚਲੋ ਹੁਣ ਚੱਲਦੇ ਹਾਂ, ਘੁੰਮ ਫਿਰ ਕੇ ਪਿੰਡ ਵੀ ਦਿਖਾਲਦੇ ਹਾਂ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਾਂ। ਅਸੀਂ ਪਿੰਡ ਦੇਖਣ ਆਏ ਸੀ ਤੁਹਾਡਾ ਜੀ। ਬਹੁਤ ਪੁਰਾਣਾ ਪਿੰਡ ਆ ਜੀ, ਅੱਜ ਕੱਲ ਇੱਦਾਂ ਦਾ ਪਿੰਡ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਰਾਜੇ ਨਾਲ ਜੁੜਿਆ ਆ, ਰਾਜੇ ਦਾ ਬਣਾਇਆ ਆ, ਰਾਜਵੰਸ਼ੀ ਹੈ, ਰਾਜਵੰਸ਼ੀ ਹੈ ਨਾ ਜੀ। ਹਾਂ, ਬਾਕੀ ਸਹੀ ਗੱਲ ਆ ਜੀ, ਬਹੁਤ ਵਧੀਆ ਲੱਗਦਾ ਪਿੰਡ ਵਿੱਚ ਆ ਕੇ। ਮੰਦਰ ਇੰਨੇ ਪੁਰਾਣੇ ਪੁਰਾਣੇ, ਬਹੁਤ ਜਿਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਆ। ਹਾਂ ਵਾਹ, ਸਕੂਨ ਮਿਲਦਾ ਹੈ ਨਾ। ਅਤੇ ਹੁਣ ਤੁਸੀਂ ਸਾਨੂੰ ਥੋੜ੍ਹਾ ਜਿਹਾ ਪਿੰਡ ਬਾਰੇ ਥੋੜ੍ਹਾ ਦੱਸੋ ਜੀ। ਅਸੀਂ ਜਿੱਦਾਂ ਹੁਣ ਖੂਹ ਦੇਖਿਆ ਹੈ ਨਾ, ਰਾਜੇ ਦਾ ਬਣਿਆ ਆ, ਜਿਹਦੇ ਅੰਦਰ ਕਮਰੇ ਵੀ ਬਣੇ ਹੋਏ ਆ, ਇੱਕ ਤਰ੍ਹਾਂ ਪੂਰਾ ਘਰ ਹੀ ਬਣਿਆ ਹੈ ਨਾ ਜੀ। ਅਤੇ ਸਾਨੂੰ ਬੜੀ ਹੈਰਾਨੀ ਹੋਈ ਦੇਖ ਕੇ। ਅਤੇ ਹੁਣ ਥੋੜ੍ਹਾ ਜਿਹਾ ਇਸ ਪਿੰਡ ਬਾਰੇ ਥੋੜ੍ਹਾ ਦੱਸ ਦਿਓ ਬਸ, ਤੁਹਾਡੇ ਸਿਰਫ 2 ਮਿੰਟ ਲੈਣੇ ਤਾਂ ਕਿ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਵਧੀਆ ਡਿਟੇਲ ਮਿਲ ਜਾਵੇ। ਐਸਾ ਹੈ, ਰਾਜਾ ਹਰੀਚੰਦ ਦੇ ਵਕਤ ਕਾ ਵਸਾ ਹੁਆ ਗਾਉਂ ਹੈ, ਸ਼ਹਿਰ ਹੈ। ਇਹ ਰਿਆਸਤੋਂ ਕੇ ਬਣੇ ਹੋਏ ਜੋ ਜਿਤਨੇ ਰਾਸਤੇ ਥੇ, ਜੋ ਕੋਈ ਮੰਦਰੋਂ ਕਾ ਕਾਮ, ਕੁਓਂ ਕਾ ਕਾਮ, ਬਾਵੜੀਆਂ ਕਾ ਕਾਮ, ਰਾਜਾਓਂ ਕਾ, ਹਮ ਤੋ ਦੇਖਤੇ ਹੈ ਕਿ ਉਸ ਵਕਤ ਕਾ ਕਾਫੀ ਵਿਕਾਸ ਥਾ। ਆਜ ਕੇ ਦੌਰ ਪਹਿਲੇ ਸੇ ਵਿਕਾਸ ਬਹੁਤ ਥਾ ਇਸ ਨਗਰੀ ਕਾ। ਆਜ ਯੇ ਨਗਰੀ ਕੁਛ ਖੰਡਰ ਬਣਤੀ ਜਾ ਰਹੀ ਹੈ, ਜੈਸੇ ਕਿ ਯੇ ਇਨਕੀ ਰਿਆਸਤ ਤੋ ਹੈ, ਲੇਕਿਨ ਇਨਕਾ ਇਸਕਾ ਵਾਰਸ ਕੋਈ ਨਹੀਂ ਬਣਤਾ। ਇਹ ਇੱਕ ਚਿੰਤਾ ਕਾ ਵਿਸ਼ੇ ਹੈ, ਕਿਉਂ ਯੇ ਗਿਰ ਰਹਾ ਹੈ। ਅਗਰ ਮਾਲਕ ਹੈ ਕੋਈ ਤੋ ਇਹ ਇਸਕੋ ਜਾਂ ਇਸਕੀ ਮੁਰੰਮਤ ਕਰਵਾਏ, ਜਾਂ ਇਸਕੋ ਬਣਾਏ, ਜਾਂ ਗਿਰਾਏ। ਭਰਿਆ ਪਿਆ ਜੀ ਪਿੰਡ ਮੰਦਰਾਂ ਦੇ ਨਾਲ, ਅਸੀਂ ਦੇਖਿਆ ਉਸ ਸਮੇਂ ਦੇ ਨਾ। ਹਾਂ, ਭਰਿਆ ਪਿਆ ਪਿੰਡ, ਜਿੱਥੇ ਦੇਖੋ ਮੰਦਰ, ਜਿੱਥੇ ਦੇਖੋ ਮੰਦਰ ਜੀ, 300-350 ਦੇ ਕਰੀਬ ਤੋਂ ਪ੍ਰਾਚੀਨ ਮੰਦਰ ਹੀ ਹੈ। 400 ਦੇ ਕਰੀਬ? ਹਾਂ, 400 ਦੇ ਕਰੀਬ। ਔਰ ਇਤਨੀ ਬਾਵੜੀਆਂ ਹੈ, ਇਤਨੇ ਕੂਏ ਹੈ ਬੀਚ ਮੇਂ। ਦੇਖਣੇ ਕੀ ਬਾਤ ਤੋ ਯੇ ਹੈ, ਪਾਣੀ ਕੀ ਯਹਾਂ ਪਰ ਕਮੀ ਨਹੀਂ ਹੈ, ਪਾਣੀ ਬਹੁਤ ਹੈ। ਤੇ ਇੱਕ ਜੁੜਵਾਂ ਪਿੰਡ ਆ, ਕਹਿੰਦੇ ਇੱਕ ਨਦੀ ਇਹਨਾਂ ਨੂੰ ਵੱਖਰਾ ਕਰਦੀ ਆ। ਹਾਂ, ਥੋੜ੍ਹਾ ਸਾ, ਹਾਂ,
ਜੋ ਨਦੀ ਲੰਘਦੀ ਆ ਬੰਡੇਰ ਖੱਡ ਹੈ। ਹਾਂ ਬਲੇਰ ਖੱਡ ਜੀ ਜਿਵੇਂ ਧੀਵੇਂ ਧੀਵੀਂ ਵਗਦੀ ਬੰਡੇਰ ਹਾਨਣ ਕੰਢੇ ਉੱਤੇ ਵਸਦਾ ਬੰਡੇਰ ਹਾਨਣ। ਕਿਆ ਬਾਤ ਹੈ ਸਹੀ ਗੱਲ ਬਹੁਤ ਵਧੀਆ। ਧੀਵੀਂ ਧੀਵੀਂ ਵਗਦੀ ਬੰਡੇਰ ਹਾਨਣ ਕੰਢੇ ਉੱਤੇ ਵਸਦਾ ਗੁਲੇਰ ਹਾਨਣ। ਯਾਨੀ ਇਹ ਜੁਆਇੰਟ ਕਸਬੇ ਜੁਆਇੰਟ ਸ਼ਹਿਰ ਹੈ। ਹੁਣ ਅਸੀਂ ਤੁਹਾਨੂੰ ਦਿਖਾਲਣ ਲੈ ਕੇ ਆਏ ਹਾਂ ਰਾਜੇ ਦੁਆਰਾ ਸਦੀਆਂ ਪਹਿਲਾਂ ਪ੍ਰਜਾ ਵਾਸਤੇ ਬਣਾਏ ਅਣਗਿਣਤ ਮੰਦਰ ਆ। ਤੁਸੀਂ ਸਾਹਮਣੇ ਦੇਖ ਸਕਦੇ ਹਾਂ ਗੁਫਾ ਟੈਪ ਇਹ ਮੰਦਰ ਆ। ਇਸ ਤਰ੍ਹਾਂ ਦੇ ਬਹੁਤ ਪੁਰਾਣੇ ਪੁਰਾਣੇ ਮੰਦਰ ਆ ਜਿਹੜੇ ਅਸੀਂ ਦਿਖਾਲਣੇ ਆ। ਅਸੀਂ ਤੁਹਾਨੂੰ ਹੁਣ ਪਿੰਡ ਦੇ ਹੋਰ ਜਿਹੜੇ ਮੰਦਰ ਬਣੇ ਆ ਉਸ ਸਮੇਂ ਦੇ ਉੱਧਰ ਲੈ ਕੇ ਆਏ ਹਾਂ। ਤੁਸੀਂ ਦੇਖ ਸਕਦੇ ਹਾਂ ਧਾਰਮਿਕ ਮੂਰਤੀਆਂ ਉਸ ਸਮੇਂ ਦੀਆਂ ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਨੂੰ ਪਤਾ ਚੱਲ ਜਾਏਗਾ ਕਿ ਇਹ ਬਹੁਤ ਪੁਰਾਣੀਆਂ ਆ ਰਾਜੇ ਦੇ ਟਾਈਮ ਦੀਆਂ। ਸਾਹਮਣੇ ਮੰਦਰ ਬਣਿਆ ਹੋਇਆ ਆ ਉਸ ਸਮੇਂ ਦਾ, ਤੁਹਾਨੂੰ ਘੁੰਮ ਕੇ ਸਾਰਾ ਦਿਖਾਉਂਦੇ ਹਾਂ। ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਰਾਜੇ ਦੁਆਰਾ ਬਣਾਏ ਕਮਰੇ ਆ ਪਿੰਡ ਵਿੱਚ। ਇਸ ਤਰ੍ਹਾਂ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਮਿਲਣਗੇ, ਤੁਸੀਂ ਇਹਨਾਂ ਪੱਥਰਾਂ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ। ਚਲੋ ਤੁਹਾਨੂੰ ਦਿਖਾਉਂਦੇ ਹਾਂ। ਕਹਿੰਦੇ 3-4 ਕਮਰੇ ਆ ਅੰਦਰ ਜਿਹੜੇ ਇਸ ਵੇਲੇ ਹਨ ਖੰਡਰ ਦਾ ਰੂਪ ਧਾਰ ਚੁੱਕੇ ਆ। ਅਸੀਂ ਤੁਹਾਨੂੰ ਪਿੰਡ ਦੇ ਵਿੱਚ ਇੱਕ ਹੋਰ ਮੰਦਰ ਵਿੱਚ ਲੈ ਕੇ ਆਏ ਹਾਂ ਜਿਹੜਾ ਰਾਜੇ ਦੇ ਟਾਈਮ ਦਾ ਬਣਿਆ ਹੋਇਆ ਸਭ ਤੋਂ ਵੱਡਾ ਮੰਦਰ ਆ ਰਾਧਾ ਕ੍ਰਿਸ਼ਨ ਜੀ ਦਾ ਆ। ਚਲੋ ਦਿਖਾਉਂਦੇ ਹਾਂ।
ਅਸੀਂ ਪਿੰਡ ਦੇ ਵਿਚਕਾਰ ਆ ਗਏ ਹਾਂ। ਸਾਨੂੰ ਇੱਕ ਹੋਰ ਮੰਦਰ ਦਿਖਾਈ ਦਿੱਤਾ ਰਾਜੇ ਦੇ ਟਾਈਮ ਦਾ, ਤੁਸੀਂ ਨਜ਼ਰ ਮਾਰ ਸਕਦੇ ਹਾਂ। ਹੁਣ ਅਸੀਂ ਤੁਹਾਨੂੰ ਰਾਜਾ ਹਰੀਚੰਦ ਦੇ ਕਿਲੇ ਵੱਲ ਲੈ ਕੇ ਜਾ ਰਹੇ ਹਾਂ, ਜਿਹੜਾ ਖੰਡਰ ਬਣ ਚੁੱਕਿਆ ਆ। ਤੁਸੀਂ ਸਾਹਮਣੇ ਦ੍ਰਿਸ਼ ਦੇਖ ਸਕਦੇ ਹਾਂ, ਇਸ ਵੇਲੇ ਅਸੀਂ ਕਿਲੇ ਦੀ ਬੈਕ ਸਾਈਡ 'ਤੇ ਹਾਂ, ਕਿਉਂਕਿ ਇੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ। ਬੈਕ ਸਾਈਡ ਤੱਕ ਬਹੁਤ ਜ਼ਿਆਦਾ ਝਾੜੀਆਂ ਵਗੈਰਾ ਹੈ, ਜੋ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ। ਅਤੇ ਹੁਣ ਅੱਗੇ ਨੂੰ ਚੱਲਾਂਗੇ, ਫਿਰ ਤੁਹਾਨੂੰ ਅਸੀਂ ਜਿੰਨਾ ਦਿਖਾ ਸਕਦੇ ਹਾਂ ਫਰੰਟ ਕਿਲੇ ਦਾ ਉਹ ਦਿਖਾਵਾਂਗੇ। ਅਸੀਂ ਕਿਹਾ ਤੁਹਾਨੂੰ ਜਾਂਦੇ ਜਾਂਦੇ ਬੈਕ ਸਾਈਡ ਦਿਖਾ ਦਈਏ। ਸਮੇਂ ਵੱਲ ਦੇਖਦੇ ਹੋਏ ਅਸੀਂ ਤੁਹਾਨੂੰ ਪਿੰਡ ਦੇ ਹੋਰ ਮੰਦਰ ਦਿਖਾਲਣ ਤੋਂ ਪਰਹੇਜ਼ ਕਰਦੇ ਹਾਂ। ਸਾਹਮਣੇ ਤੁਸੀਂ ਮੰਦਰ ਦੇਖ ਸਕਦੇ ਹਾਂ, ਇਹ ਆਖਰੀ ਮੰਦਰ ਅਸੀਂ ਤੁਹਾਨੂੰ ਦਿਖਾਲਣਾ ਆ, ਕਿਉਂਕਿ ਮੰਦਰ ਦਾ ਇੱਥੇ ਮੁੱਕਣ ਦਾ ਨਾਂ ਹੀ ਨਹੀਂ ਲੈਂਦੇ ਜਿੰਨੇ ਪਿੰਡ ਵਾਲੇ ਨੇ ਮੰਦਰ ਦੱਸੇ ਆ। ਇਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਰਾਜੇ ਦੇ ਮਹਿਲ ਆ ਇਸ ਪਹਾੜੀ ਦੇ ਉੱਪਰ, ਅਤੇ ਉਹ ਦਿਖਾਲਣਾ ਆ। ਉਸ ਤੋਂ ਬਾਅਦ ਰਾਜੇ ਦਾ ਆਨੰਦਪੁਰ ਮਹਿਲ ਆ ਉਹ ਦਿਖਾਲਣਾ ਆ, ਜਿਹਦੇ ਵਾਸਤੇ ਕਾਫੀ ਟਾਈਮ ਚਾਹੀਦਾ ਆ। ਚਲੋ ਹੁਣ ਪਹਿਲਾਂ ਇੱਕ ਵਾਰ ਤੁਹਾਨੂੰ ਇਹ ਮੰਦਰ ਦਿਖਾਈਏ, ਉਸ ਤੋਂ ਬਾਅਦ ਚੱਲਦੇ ਹਾਂ। ਅਸੀਂ ਹੁਣ ਕਿਲੇ ਦੇ ਕੋਲ ਪਹੁੰਚ ਗਏ ਹਾਂ, ਤੁਸੀਂ ਦੇਖ ਸਕਦੇ ਹਾਂ ਕਿਲੇ ਦੀਆਂ ਦੀਵਾਰਾਂ ਵਗੈਰਾ ਸਾਨੂੰ ਦਿਖਾਈ ਦੇਣ ਲੱਗ ਪਈਆਂ ਸਾਫ਼। ਅਤੇ ਅਸੀਂ ਹੁਣ ਸਾਨੂੰ ਪੈਦਲ ਜਾਣਾ ਪੈਣਾ ਕਿਲੇ ਤੱਕ, ਪਹੁੰਚਣਾ ਕਾਫੀ ਔਖਾ ਆ। ਜਿੰਨਾ ਅਸੀਂ ਦਿਖਾ ਸਕਾਂਗੇ ਉਨਾ ਦਿਖਾਵਾਂਗੇ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਹ ਕਿਲਾ ਜਿਹੜਾ ਹੈ ਖੰਡਰ ਬਣ ਚੁੱਕਿਆ ਆ, ਝਾੜੀਆਂ ਨਾਲ ਭਰ ਚੁੱਕਿਆ ਆ। ਅਸੀਂ ਹੁਣ ਕਿਲੇ ਦੇ ਨਜ਼ਦੀਕ ਆ ਗਏ ਹਾਂ, ਬਿਲਕੁਲ ਤੁਸੀਂ ਦੇਖ ਸਕਦੇ ਹਾਂ ਕਿੰਨੀ ਮੁਸ਼ਕਲ ਨਾਲ ਅਸੀਂ ਚੜ੍ਹ ਕੇ ਇੱਥੇ ਤੱਕ ਆਏ ਹਾਂ। ਝਾੜੀਆਂ ਕਾਫੀ ਕੰਢੇਦਾਰ ਆ, ਜਿਨ੍ਹਾਂ ਤੋਂ ਬਚ ਬਚ ਕੇ ਸਾਨੂੰ ਹੁਣ ਅੱਗੇ ਜਾਣਾ ਪੈਣਾ ਆ। ਤੁਹਾਨੂੰ ਅਸੀਂ ਇਸ ਕਿਲੇ ਦੀ ਸਭ ਤੋਂ ਮੇਨ ਚੀਜ਼ ਦਿਖਾਲਦੇ ਹਾਂ, ਜਿੱਦਾਂ ਉਸ ਸਮੇਂ ਰਾਜੇ ਆਪਣੇ ਬਚਾਅ ਵਾਸਤੇ ਕਿ ਉਹਨਾਂ 'ਤੇ ਕੋਈ ਹਮਲਾ ਨਾ ਕਰਦੇ,
ਕਿੰਨੀ ਡੂੰਘੀ ਕਿਲੇ ਦੇ ਆਲੇ ਦੁਆਲੇ ਖਾਈ ਕੱਢੀ ਹੋਈ ਆ, ਤੁਸੀਂ ਦੇਖ ਸਕਦੇ ਆ। ਹੁਣ ਸਾਨੂੰ ਇਹ ਪਰੇਸ਼ਾਨੀ ਆ ਰਹੀ ਆ ਕਿ ਇਸ ਖਾਈ ਨੂੰ ਕਿੱਦਾਂ ਪਾਰ ਕੀਤਾ ਜਾ ਸਕੇ। ਲਓ ਜੀ, ਅਸੀਂ ਹੁਣ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਕਿਲੇ ਤੱਕ ਪਹੁੰਚ ਗਏ ਹਾਂ। ਆਹ ਸਾਹਮਣੇ ਦਰਵਾਜ਼ਾ ਆ ਕਿਲੇ ਦਾ, ਇੱਕ ਤਰ੍ਹਾਂ ਜਿਹੜਾ ਐਂਟਰੀ ਦਰਬਾਰ ਆ। ਚੱਲਦੇ ਹਾਂ ਅੰਦਰ ਇਹਦੇ ਅਤੇ ਦਿਖਾਉਂਦੇ ਹਾਂ ਤੁਹਾਨੂੰ। ਇੱਕ ਪਰਲੇ ਪਾਸੇ ਤੁਸੀਂ ਦੇਖ ਸਕਦੇ ਹਾਂ ਦੁਬਾਰਾ ਜਿਹੜੀ ਫਟੀ ਪਈ ਆ, ਇੱਧਰੋਂ ਵੀ ਅਸੀਂ ਲੰਘ ਸਕਦੇ ਹਾਂ ਪਰ ਇੱਧਰੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੂਸਰੇ ਪਾਸੇ। ਇਹ ਜੋ ਤੁਸੀਂ ਕਿਲੇ ਦੇ ਵਿੱਚ ਛੇਕ ਦੇਖ ਰਹੇ ਆ, ਇਹ ਉਸ ਸਮੇਂ ਦੁਸ਼ਮਣਾਂ ਦੀ ਨਿਗਰਾਨੀ ਰੱਖਣ ਵਾਸਤੇ ਬਣਾਏ ਹੋਏ ਆ ਤੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਵਾਸਤੇ ਵੀ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀਗਾ। ਹੁਣ ਅਸੀਂ ਕਿਲੇ ਦੇ ਦੂਸਰੇ ਪਾਸੇ ਤੁਹਾਨੂੰ ਲੈ ਕੇ ਆਏ ਹਾਂ, ਚੱਲਦੇ ਹਾਂ ਇਹਦੇ ਅੰਦਰ ਦੇਖਦੇ ਹਾਂ ਕੀ ਹੈ ਇਹਦੇ ਅੰਦਰ। ਵਾਹ, ਕਿਆ ਦ੍ਰਿਸ਼ਾ, ਕਾਫੀ ਵਧੀਆ ਡਿਜ਼ਾਇਨਿੰਗ ਸੀ ਉਸ ਸਮੇਂ ਦੀ। ਹੁਣ ਅਸੀਂ ਕਿਲੇ ਦੇ ਉੱਪਰ ਚੜ੍ਹਨ ਲੱਗੇ ਹਾਂ, ਕਿਉਂਕਿ ਤੁਸੀਂ ਦੇਖ ਲਓ ਸਾਰਾ ਖੰਡਿਤ ਹੋ ਚੁੱਕਿਆ ਆ। ਇਹਦੇ ਉੱਪਰ ਚੜ੍ਹਨਾ ਇੱਕ ਤੁਸੀਂ ਲਾ ਲਓ ਮੌਤ ਨੂੰ ਸੱਦਾ ਹੀ ਆ। ਅਤੇ ਉੱਪਰ ਚੜ੍ਹ ਕੇ ਸਾਡੀ ਕੋਸ਼ਿਸ਼ ਆ ਕਿ ਸਾਰਾ ਤੁਹਾਨੂੰ ਕਿਲਾ ਆਲੇ ਦੁਆਲੇ ਦਿਖਾਈਏ, ਪਿੰਡ ਵੀ ਸ਼ਾਇਦ ਨਜ਼ਰ ਆਵੇ। ਚਲੋ ਕਰਦੇ ਹਾਂ ਕੋਸ਼ਿਸ਼। ਅਸੀਂ ਕਿਲੇ ਦੇ ਉੱਪਰ ਪਹੁੰਚ ਗਏ ਹਾਂ, ਹੁਣ ਤੁਹਾਨੂੰ ਕਮਰੇ ਦਿਖਾਉਂਦੇ ਹਾਂ। ਇੱਥੇ ਦੇ ਬਣੇ ਹੋਏ ਇੱਕ ਤਰ੍ਹਾਂ ਖੰਡਰ ਬਣ ਚੁੱਕੇ ਆ ਸਾਰੇ ਕਮਰੇ। ਅਸੀਂ ਪਿੰਡ ਦੀ ਸਭ ਤੋਂ ਉੱਚੀ ਪਹਾੜੀ 'ਤੇ ਪਹੁੰਚੇ ਹਾਂ, ਜਿੱਥੇ ਸਦੀਆਂ ਪੁਰਾਣਾ ਘਰ ਆ ਤੁਸੀਂ ਸਾਹਮਣੇ ਦੇਖ ਸਕਦੇ ਹਾਂ। ਤੁਹਾਨੂੰ ਦਿਖਾਉਂਦੇ ਹਾਂ ਅਤੇ ਇੱਥੋਂ ਆਲੇ ਦੁਆਲੇ ਦਾ ਦ੍ਰਿਸ਼ ਵੀ ਦਿਖਾਵਾਂਗੇ।
ਇਸੇ ਘਰ ਦੇ ਨਾਲ ਸਾਨੂੰ ਇੱਕ ਹੋਰ ਪਹਾੜੀ ਦੇ ਉੱਤੇ ਘਰ ਦਿਖਾਈ ਦਿੱਤਾ, ਕਾਫੀ ਵਧੀਆ ਬਣਿਆ ਹੋਇਆ ਪੁਰਾਣੇ ਟਾਈਮ ਦਾ, ਦਿਖਾਲਦੇ ਹਾਂ ਤੁਹਾਨੂੰ। ਹੁਣ ਤੁਹਾਨੂੰ ਰਾਜੇ ਦੇ ਦੂਸਰੇ ਮਹਿਲ ਵੱਲ ਲੈ ਕੇ ਚੱਲਦੇ ਹਾਂ, ਜਿਹੜਾ ਗਲੇਡ ਦੇ ਵਿੱਚ ਆਨੰਦਪੁਰ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆ। ਸਾਨੂੰ ਹੁਣ ਰਸਤੇ ਦੇ ਵਿੱਚ ਸਾਹਮਣੇ ਤੁਸੀਂ ਦੇਖ ਲਓ ਇੱਕ ਗੇਟ ਦਿਖਾਈ ਦਿੱਤਾ, ਬਹੁਤ ਪੁਰਾਣਾ ਲੱਗਦਾ ਪਿਆ ਆ ਸਾਨੂੰ, ਜੋ ਲੱਗਦਾ ਇਹ ਰਾਜੇ ਦੇ ਟਾਈਮ ਦਾ ਹੋਏਗਾ। ਚੱਲਦੇ ਹਾਂ ਇਹਦੇ ਨਜ਼ਦੀਕ ਜਾ ਕੇ ਦੇਖਦੇ ਹਾਂ। ਨਮਸਤੇ ਜੀ, ਅਤੇ ਇਹ ਮੰਦਰ ਆ ਜੀ, ਤੇ ਆ ਗੇਟ ਕਾਹਦਾ ਜੀ? ਉਸ ਟਾਈਮ ਦਾ ਪੁਰਾਣਾ ਹੈ ਕਾਫੀ, ਰਾਜੇ ਦੇ ਟਾਈਮ ਦਾ ਜੀ, ਰਾਜੇ ਦੇ ਟਾਈਮ ਦਾ। ਚਲੋ ਦੇਖਦੇ, ਤੁਸੀਂ ਸਾਹਮਣੇ ਨਜ਼ਰ ਮਾਰੋ, ਰਾਜੇ ਦੇ ਟਾਈਮ ਦਾ ਸਦੀਆਂ ਪੁਰਾਣਾ ਇਹ ਗੇਟ ਆ, ਤੇ ਇਹਦੇ ਸਾਹਮਣੇ ਮੂਰਤੀਆਂ ਬਣੀਆਂ ਹੋਈਆਂ ਧਾਰਮਿਕ, ਤੁਸੀਂ ਦੇਖ ਸਕਦੇ ਆ। ਰਸਤੇ ਦੇ ਵਿੱਚ ਆਉਂਦੀ ਬਿਆਸ ਨਦੀ ਦਾ ਸੋਹਣਾ ਦ੍ਰਿਸ਼ ਅਸੀਂ ਤੁਹਾਨੂੰ ਦਿਖਾਲਦੇ ਹਾਂ। ਇਸ ਨਦੀ ਕਰਕੇ ਹਰੀਪੁਰ ਗਲੇਰ ਪਿੰਡ ਜਿਹੜੇ ਅਲੱਗ ਅਲੱਗ ਹੁੰਦੇ ਆ, ਨਹੀਂ ਤਾਂ ਇਹ ਦੋਨੋਂ ਪਿੰਡ ਜੁੜਵੇਂ ਪਿੰਡ ਆ, ਇਹ ਨਦੀ ਇਹਨਾਂ ਨੂੰ ਅਲੱਗ ਅਲੱਗ ਕਰਦੀ ਆ। ਤੁਹਾਨੂੰ ਰਸਤੇ ਦਾ ਸੋਹਣਾ ਦ੍ਰਿਸ਼ ਦਿਖਾਲਦੇ ਹਾਂ, ਜਿੱਥੇ ਕੁਦਰਤ ਦਾ ਵਾਸਾ ਸਾਫ਼ ਦਿਖਾਈ ਦਿੰਦਾ ਆ। ਇਹ ਪਿੰਡ ਬਹੁਤ ਹਰਾ ਭਰਾ ਅਤੇ ਸੁੰਦਰ ਆ। ਇੱਥੇ ਇੱਕ ਛੋਟਾ ਰੇਲਵੇ ਸਟੇਸ਼ਨ ਡੋਟਾ ਆ, ਜੋ ਪਠਾਨਕੋਟ ਤੱਕ ਜੁੜਿਆ ਹੋਇਆ ਆ। ਪਹਿਲਾਂ ਰਸਤੇ ਦੇ ਵਿੱਚ ਰਾਣੀ ਦਾ ਤਲਾਬ ਆ ਗਿਆ, ਤੁਸੀਂ ਦੇਖ ਸਕਦੇ ਆ। ਪਿੰਡ ਵਾਲਿਆਂ ਨੇ ਤਲਾਬ ਦੀ ਸਾਂਭ ਸੰਭਾਲ ਵਾਸਤੇ ਆਲੇ ਦੁਆਲੇ ਜੰਗਲੇ ਲਗਾਏ ਹੋਏ ਆ। ਬਹੁਤ ਸੋਹਣਾ ਦ੍ਰਿਸ਼ ਆ ਪਿੰਡ ਦਾ। ਰਾਣੀ ਦੇ ਤਲਾਬ ਦੇ ਕੋਲ ਅਸੀਂ ਆਪਣਾ ਮੋਟਰਸਾਈਕਲ ਲਾਤਾ ਆ, ਕਿਉਂਕਿ ਹੁਣ ਸਾਨੂੰ ਮਹਿਲ ਤੱਕ ਪਹੁੰਚਣ ਵਾਸਤੇ ਫਿਰ ਪੈਦਲ ਜਾਣਾ ਪੈਣਾ ਆ। ਚਲੋ ਚੱਲਦੇ ਹਾਂ। ਹੁਣ ਤੁਹਾਨੂੰ ਹਰੀਪੁਰ ਕਿਲ੍ਹਾ ਅਤੇ ਗਲੇਡ ਦੇ ਇਸ ਆਨੰਦਪੁਰ ਕਿਲ੍ਹੇ ਦਾ ਪੂਰਾ ਇਤਿਹਾਸ ਦੱਸ ਦਿੰਦੇ ਹਾਂ। ਇਹ ਪਿੰਡ ਅਤੇ ਕਿਲ੍ਹਾ ਰਾਜਾ ਹਰੀ ਚੰਦ ਨੇ ਬਣਾਏ ਸੀ,
ਗਲੇ ਰਾਜ 1405 ਈਸਵੀ ਵਿੱਚ ਇੱਕ ਇਤਿਹਾਸਿਕ ਰਿਆਸਤ ਸੀ। ਫਿਰ 1813 ਵਿੱਚ ਪੰਜਾਬ ਦੇ ਸਿੱਖ ਰਾਜ ਨੇ ਇਸ 'ਤੇ ਕਬਜ਼ਾ ਕਰ ਲਿਆ। ਇਹਨਾਂ ਕਿਲਿਆਂ ਦੀ ਉਸਾਰੀ ਕਾਂਗੜੇ ਦੇ ਕਿਲੇ ਤੋਂ ਬਾਅਦ ਹੋਈ ਸੀ। ਇੱਥੋਂ ਦੀ ਚਿੱਤਰਕਾਰੀ ਦੁਨੀਆ ਵਿੱਚੋਂ ਪਹਿਲੇ ਨੰਬਰ 'ਤੇ ਸੀ। ਇਸ ਕਿਲੇ ਸਾਹਮਣੇ ਧੌਲਾਧਾਰ ਰੇਂਜ ਪੈਂਦੀ ਆ, ਜੋ ਸਾਫ਼ ਮੌਸਮ ਹੋਣ 'ਤੇ ਸਾਫ਼ ਦਿਖਾਈ ਦਿੰਦੀ ਆ। ਹੁਣ ਤੁਸੀਂ ਕੁਦਰਤ ਦੀ ਬਣਾਈ ਚਿੱਤਰਕਲਾ ਦੇਖੋ, ਜਿੱਥੇ ਦੁਨੀਆ ਦੇ ਸਾਰੇ ਪ੍ਰਵਾਸੀ ਪਰਿੰਦੇ ਆ ਕੇ ਰਹਿੰਦੇ ਆ। ਹੁਣ ਕਰਦੇ ਹਾਂ ਵੀਡੀਓ ਦੀ ਸਮਾਪਤੀ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, ਸਾਨੂੰ ਜਾ ਕੇ ਰੂਮ ਵੀ ਲੱਭਣਾ ਪੈਣਾ ਆ। ਹੁਣ ਤੁਹਾਨੂੰ ਮਿਲਾਂਗੇ ਨਵੀਂ ਸਵੇਰ ਦੇ ਨਾਲ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।